ਇੱਕ ਬਾਬਾ ਅਕਾਲ ਰੋ, ਇੱਕ ਬਾਬਾ ਅਕਾਲ ਰੋ, ਇੱਕ ਬਾਬਾ ਅਕਾਲ ਰੋ, ਇੱਕ ਬਾਬਾ ਅਕਾਲ ਰੋ, ਦੂਜਾ ਰੱਬਾ ਵੀ ਮਰਦਾਨਾ, ਦੂਜਾ ਰੱਬਾ ਵੀ ਮਰਦਾਨਾ, ਇੱਕ ਬਾਬਾ ਅਕਾਲ ਰੋ, ਇੱਕ ਬਾਬਾ ਅਕਾਲ ਰੋ, ਦੂਜਾ ਰੱਬਾ ਵੀ ਮਰਦਾਨਾ, ਦੂਜਾ ਰੱਬਾ ਵੀ ਮਰਦਾਨਾ, ਇੱਕ ਬਾਬਾ ਅਕਾਲ ਰੋ, ਇੱਕ ਬਾਬਾ ਗਿਆ ਬਗਦਾਦ ਨੂੰ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕਿਆ ਅਸਥਾਨਾ, ਬਾਹਰ ਜਾਏ ਕਿਆ ਅਸਥਾਨਾ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕਿਆ ਅਸਥਾਨਾ, ਬਾਹਰ ਜਾਏ ਕਿਆ ਅਸਥਾਨਾ, ਬਾਹਰ ਜਾਏ ਕਿਆ ਅਸਥਾਨਾ, ਬਾਹਰ ਜਾਏ ਕਿਆ ਅਸਥਾਨਾ, ਇੱਕ ਬਾਬਾ ਅਕਾਲ ਰੋ, ਇੱਕ ਬਾਬਾ ਅਕਾਲ ਰੋ, ਦੂਜਾ ਰੱਬਾ ਵੀ ਮਰਦਾਨਾ, ਦੂਜਾ ਰੱਬਾ ਵੀ ਮਰਦਾਨਾ, ਇੱਕ ਬਾਬਾ ਅਕਾਲ ਰੋ, ਇੱਕ ਬਾਬਾ ਸੁਨ ਸਮਾਨ ਹੋਆ ਜਹਾਨਾ, ਸੁਨ ਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ, ਸੁਨ ਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ, ਦੇਖ ਪੀਰ ਪਿਆ ਹੈਰਾਨਾ, ਦੇਖ ਪੀਰ ਪਿਆ ਹੈਰਾਨਾ, ਇੱਕ ਬਾਬਾ ਅਕਾਲ ਰੋ, ਇੱਕ ਬਾਬਾ ਅਕਾਲ ਰੋ, ਦੂਜਾ ਰੱਬਾ ਵੀ ਮਰਦਾਨਾ, ਦੂਜਾ ਰੱਬਾ ਵੀ ਮਰਦਾਨਾ, ਇੱਕ ਬਾਬਾ ਅਕਾਲ ਰੋ, ਇੱਕ ਬਾਬਾ ਵੇਖੇ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ, ਵੇਖ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ, ਹੁਸ਼ਿਆ ਫਿਰ ਕੇ ਦਸਤਗੀਰ, ਕੌਣ ਫਕੀਰ ਕਿਸਕਾ ਕਰਹਾਨਾ,
ਪੁੱਛਿਆ ਫਿਰ ਕੈ ਦਸਤਗੀਰ ਕੌਣ ਫਕੀਰ ਕਿਸਕਾ ਕਰਹਾਨਾ ਕੌਣ ਫਕੀਰ ਕਿਸਕਾ ਕਰਹਾਨਾ ਕੌਣ ਫਕੀਰ ਕਿਸਕਾ ਕਰਹਾਨਾ ਇੱਕ ਬਾਬਾ ਅਕਾਲ ਰੂ ਇੱਕ ਬਾਬਾ ਅਕਾਲ ਰੂ ਦੂਜਾ ਰਬੀ ਮਰਦਾਨਾ ਦੂਜਾ ਰਬੀ ਮਰਦਾਨਾ ਇੱਕ ਬਾਬਾ ਅਕਾਲ ਰੂ ਇੱਕ ਬਾਬਾ ਕਲ ਵਿੱਚ ਆਇਆ ਰਬ ਫਕੀਰ ਇੱਕੋ ਪਹਿਚਾਨਾ ਨਾਨਕ ਕਲ ਵਿੱਚ ਆਇਆ ਰਬ ਫਕੀਰ ਇੱਕੋ ਪਹਿਚਾਨਾ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਕਲ ਵਿੱਚ ਆਇਆ ਕਲ ਵਿੱਚ ਆਇਆ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਹਾਂ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਕਲ ਵਿੱਚ ਆਇਆ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਰੱਬ ਫਕੀਰ ਇੱਕੋ ਪਹਿਚਾਨਾ ਰੱਬ ਫਕੀਰ ਇੱਕੋ ਪਹਿਚਾਨਾ ਰੱਬ ਫਕੀਰ ਇੱਕੋ ਪਹਿਚਾਨਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪੱਲੋ ਤਾਰੇ ਛੱਪੇ ਅੰਧੇਰ ਪੱਲੋ ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ ਨਾ ਤੀਰ ਤਰੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਿ ਮਤੇ ਦੇਖੋ ਕਰ ਕਰ ਅੰਦਰ ਤਰਸ਼ਾ ਹੋਵੇ ਕੀਰਤਨ ਸਦਾ ਵਿਸੋਆ ਹੋਵੇ ਕੀਰਤਨ ਸਦਾ ਵਿਸੋਆ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਟੋ ਖੱਤਰੀ ਬ੍ਰਾਹਮਣ ਸ਼ੂਦ ਵੈ ਉਪਦੇਸ਼ ਚੌਵਰ ਨਾਥੋ ਸਾਂਝਾ ਧੰਨ ਗੁਰੂ ਨਾਨਕ ਦਾ ਉਪਦੇਸ਼ ਸਾਰਿਆਂ ਦੇ ਲਈ ਇੱਕੋ ਸਮਾਨ ਹੈ ਭਾਵੇਂ ਖੱਤਰੀ ਹੋਵੇ ਭਾਵੇਂ ਬ੍ਰਾਹਮਣ ਸ਼ੂਦ ਹੋਵੇ ਭਾਵੇਂ ਵੈਸ਼ ਹਰ ਇੱਕ ਨੂੰ ਇੱਕੋ ਸਮਾਨ ਮੇਰੇ ਗੁਰੂ ਨਾਨਕ ਦਾ ਉਪਦੇਸ਼ ਹਿੰਦੂ ਨੂੰ ਉਹੀ ਉਪਦੇਸ਼ ਕਰਦੇ ਹਨ ਤੇ ਮੁਸਲਮਾਨ ਨੂੰ ਵੀ ਸਤਿਗੁਰ ਜੀ ਉਹੀ ਉਪਦੇਸ਼ ਕਰਦੇ ਹਨ ਤੇ ਨਾਲ ਦੀ ਨਾਲ ਸਿੱਖ ਨੂੰ ਵੀ ਉਹੀ ਉਪਦੇਸ਼ ਕਰਦੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿੱਖ ਨੂੰ ਵੱਖਰਾ ਉਪਦੇਸ਼ ਹਿੰਦੂ ਨੂੰ ਵੱਖਰਾ ਮੁਸਲਮਾਨ ਨੂੰ ਵੱਖਰਾ ਇਸ ਤਰ੍ਹਾਂ ਮੇਰੇ ਗੁਰੂ ਨਾਨਕ ਦੇ ਘਰ ਦੇ ਵਿੱਚ ਨਹੀਂ ਹੈ ਕੋਈ ਆ ਗਿਆ ਹਿੰਦੂ ਸਤਿਗੁਰਾਂ ਦੀ ਗੋਦ ਬੈਠ ਗਿਆ ਮੱਥਾ ਟੇਕ ਕੇ ਤਾਂ ਉਸਨੂੰ ਮੇਰਾ ਨਾਨਕ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਰਾਮ ਰਾਮ ਬੋਲ ਰਾਮ ਰਾਮ
त्यागो मन के सगल काज। ए हिंदू नूं उपदेश है, मुसलमान आ जावे सजदा करके मथा टेक के बैठ जावे उस नूं मेरे गुरु नानक दा उपदेश है। पंज निवाजां वक्त पंज पंजा पंजे नाओ, पहला सच हलाल दोए तीजे खैर खुदाए, चौथी नीयत रास मन पंजवी सिफत सुनाए। ये मेरे गुरु नानक दा उपदेश मुसलमान दा। सच बोलिया कर, सवेर दी नमाज पढ़ लै ते दोपहर दी नमाज मेहनत दा खाया कर, ते तीजे खुदा दी खैर मना, चौथी नीयत साफ रखिया कर, पंजवी सिफत शलाघा करिया कर। ये गुरु नानक दा उपदेश मुसलमान दा। ते नाल दी नाल सिख नूं भी उपदेश है, जे तू आउंदा है मत्था टेकदा है तां मन ला के चित ला के बैठिया कर। शरीर करके इत्थे बैठिया होवे तेरा मन किधर दौड़दा होवे गुरु नूं परवाह नहीं है। सात संगत सिख नूं भी कोई उपदेश, हिंदू मुसलमान नूं भी ओही उपदेश सतगुरु जी करदे हन। खत्री ब्राह्मण शूद वैश उपदेश च होर ना को सांझा। गुरमुख नाम जपै उधरै सो कलमह कट कट नानक मानि। गुरु नूं मुख रख के जे रख चलदा है नाम नूं जपदा है ओही कलयुग दे अंदर उसदा ही उद्धार हुंदा है। बाकी जिन्ने भी हन ओ सब डुबण वाले हन। गुरु नानक दा उपदेश है, जिहड़ा कीर्तन करदा है कीर्तन सुनदा है गुरबाणी दे नाल जुड़दा है, राम राम जपदा है अल्लाह अल्लाह बोलदा है वाहिगुरु वाहिगुरु जपदा है, समझ लेना ओही इस कलयुग दे अंदर सुखी है। बाकी सारे दुखी हन। हर का नाम जपत होए सुखी। नाम जिहड़ा जपदा है कलयुग में कीर्तन प्रदाना, ये गुरु नानक ने दित्ती हुई दात है सिख धर्म कीर्तन दी दात। कीर्तन दे नाल जुड़ जा भक्ति करया कर। कलयुग में कीर्तन प्रधाना गुरमुख जपिए लाए ध्याना, बाबे तारे चार चक नौखन पृथ्वी सच्चा ढोआ। भाई साहब भाई गुरदास जी गुरु नानक साहब जी नूं गुरमुख नाम दे नाल संबोधन करदे हन। गुरमुख कल विच प्रगट होआ, कलयुग नूं तारण दे लई मेरा गुरु नानक गुरमुख आया है। आओ जुड़िए शब्द दे नाल समाप्ति है सिख पंथ दे महान कीर्तन भाई साहब भाई देविंदर सिंह जी खन्ना वाले नाल ही भाई साहब भाई जसबीर सिंह जी खन्ना वाले जिन्हां दीआं अथाह सेवावां पंथ दे लई गिणियां नहीं जा सकदियां। सिख धर्म नूं सिख पंथ नूं जोड़ के जिथे भाई साहब जी अकाल पुरख वाहिगुरु जी दे चरणा कमलों च विराजे उथे अज भाई साहब जी नूं सेवा सतगुरां ने दित्ती है। पंथ दीआं सेवावां कर रहे हन इह सतगुरु जी दीआं बख्शिशां हन। सत संगत दीवान भाई साहब जी पुज चुके हैं, उन्हों का जत्था पुजया है। भाई साहब जी पासों आपां प्यार दे नाल कीर्तन सरवण करना है, लाहा लेना है। अज दा इह जिहड़ा मनाया पुरब तां ही सफला होवेगा जे गुरु दी मनिए। इह भाई साहब जी दा उपदेश है। गुरु नूं सारे सुनदे हन, गुरु नूं सारे वेखदे हन, पर गुरु दा कोई विरला मनदा है ओह है गुरु दा प्यारा गुरु दा सिख। भाई साहब जी का यह उपदेश सारे सिख पंथ के लिए। आप कमाईए फिर देखना गुरु की मन लो। गुरु की मनना की है, इको एक दात है अमृत की सतगुरां ने बख्शी है सिख पंथ नूं। अमृत छके तैयार बर तैयार हो जा, यह है गुरु की मन लेना। गुरु मानियो ग्रंथ सतगुरु सच्चे पातशाह जी नूं गुरु जान के मत्था टेकना, यह है गुरु दी मन। आपां सुणदे हां बाणी निता प्रति पढ़दे हां सुणदे हां चलदे हां। सात संगत ये चाबी किसी की इत्थे रह गई है, जिन्हां दी भी होवे आकर लैण दी कृपालता करनी। ये गड्डी दी चाबी है आप जी लैण दी, बुलेट दी चाबी है जिस किसी दी भी होवे आके भाई साहब जी पासों लैण दी कृपालता करनी। सो भाई साहब जी दा हमेशा सिख पंथ नूं इह उपदेश रहा गुरु दी मन लो। अज भी भाई साहब जी जिक्र कर रहे सन दीवान दे अंदर पंडाल दे अंदर। सात संगत जिन्हां ने दर्शन किए भाई साहब जी दे उन्हां नूं पता है, ते अज भी कीर्तन दे राही आप जी भाई साहब जी दे दर्शन करदे हो
ਸਿੱਖ ਪੰਥ ਨੂੰ ਹਮੇਸ਼ਾ ਬਹੁਤ ਵੱਡੀ ਦੇਣ ਹੈ ਭਾਈ ਸਾਹਿਬ ਜੀ ਤੇ ਨਾਲ ਹੀ ਅੱਜ ਭਾਈ ਸਾਹਿਬ ਜੀ ਵੀ ਬੜੇ ਪਿਆਰ ਦੇ ਨਾਲ ਸੇਵਾਵਾਂ ਕਰ ਰਹੇ ਹਨ ਗੁਰੂ ਦੀ ਮੰਨਣ ਦੀ ਕੋਸ਼ਿਸ਼ ਆਪਾਂ ਕਰੀਏ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਹਨ ਗੁਰੂ ਦੀ ਮੰਨਣਾ ਕੀ ਹੈ ਇੱਕੋ ਇੱਕ ਭਾਈ ਸਾਹਿਬ ਜੀ ਦਾ ਉਪਦੇਸ਼ ਹੈ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਇੱਕ ਪੈਂਡਾ ਚੱਲ ਜਾ ਭਾਵੇਂ ਮਨ ਕਰਕੇ ਚੱਲ ਘਰ ਦੇ ਵਿੱਚ ਹੀ ਬੈਠ ਕੇ ਕਰੋੜਾਂ ਪੈਂਡਾ ਮੇਰਾ ਸਤਿਗੁਰ ਜਾ ਕੇ ਉਸ ਗੁਰਸਿੱਖ ਨੂੰ ਲੈ ਕੇ ਆਪਣੇ ਗੱਲ ਬੱਕੜੀ ਵਿੱਚ ਲੈ ਕੇ ਆ ਜਾਂਦਾ ਇਹ ਮੇਰੇ ਸਤਿਗੁਰ ਜੀ ਦਾ ਪਿਆਰ ਜਿਹੜਾ ਕੋਈ ਸਿੱਖ ਕਰਕੇ ਵੇਖ ਲਵੇ ਇੱਕ ਪੈਂਡਾ ਘਰ ਦੇ ਵਿੱਚ ਬੈਠ ਕੇ ਮਨ ਤੋਂ ਚੱਲੇ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਕਰਨਾ ਹੈ ਮੈਂ ਸਤਿਗੁਰਾਂ ਦੇ ਘਰ ਕੀਰਤਨ ਸੁਣਨਾ ਹੈ ਕੀਰਤਨ ਕਰਨਾ ਹੈ ਸੇਵਾ ਕਰਨੀ ਹੈ ਇੱਕ ਪੈਂਡਾ ਅੰਦਰੋਂ ਚੱਲ ਜਾਏ ਬੇਸ਼ੱਕ ਪੈਰ ਕਰਕੇ ਪੈਂਡਾ ਨਾ ਚੱਲੇ ਮਨ ਕਰਕੇ ਚੱਲੇ ਇੱਥੇ ਤਾਂ ਪ੍ਰਵਾਣਿਆ ਕੋਈ ਜਾਂਦਾ ਹੈ ਜਿਹੜਾ ਮਨ ਕਰਕੇ ਚੱਲਦਾ ਹੈ ਸਰੀਰ ਕਰਕੇ ਤਾਂ ਸਾਰੇ ਆਉਂਦੇ ਹਨ ਗਾਉਂਦੇ ਹਨ ਸੁਣਦੇ ਹਨ ਦੁਪਹਿਰੇ ਵੀ ਪੰਡਾਲ ਦੇ ਦੱਸ ਰਹੇ ਨੇ ਕਿਹਾ ਸੀ ਸਤਿਗੁਰਾਂ ਦਾ ਉਪਦੇਸ਼ ਸਭ ਗਾਵੇ ਹਰ ਹਰ ਉੱਤਮ ਬਾਣੀ ਸੇਵਕ ਸਿੱਖ ਪੂਜਣ ਸਭ ਆਵੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾ ਜਿਹੜੇ ਸਤ ਸਤ ਕਰਕੇ ਮੰਨ ਲੈਂਦੇ ਹਨ ਗੁਰੂ ਦੀ ਆਗਿਆ ਨੂੰ ਆਗਿਆ ਕੀ ਹੈ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨ ਪੀਵੋ ਪਾਹੁਲ ਖੰਡਿਤਾ ਜਿੰਨੇ ਵੀ ਮੇਰੀਆਂ ਮਤਾਵਾਂ ਪੈਣਾ ਬੱਚਿਆਂ ਮੇਰੇ ਵੀਰ ਬੈਠੇ ਹੋਏ ਹਨ ਜ਼ਰੂਰ ਮਨ ਵਿੱਚ ਧਾਰਨਾ ਬਣਾ ਲਓ ਪੈਂਡਾ ਚਲੋ ਕਿ ਇਸ ਪਾਤਸ਼ਾਹ ਅਸੀਂ ਗੁਰੂ ਵਾਲੇ ਬਣਾ ਭਾਈ ਸਾਹਿਬ ਜੀ ਪੰਥ ਦੇ ਅੰਦਰ ਕਈ ਨੌਜਵਾਨ ਸਿੰਘਾਂ ਨੂੰ ਕਈ ਬਜ਼ੁਰਗ ਸਿੰਘਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਤਿਆਰ ਬਰ ਤਿਆਰ ਕਰਾ ਕੇ ਸਾਧ ਸੰਗਤ ਕਰ ਵਾਪਸੀ ਦਾ ਇੱਕ ਟੀਚਾ ਜਿਹੜਾ ਮਿੱਥਿਆ ਸੀ ਉਸ ਦੇ ਵਿੱਚ ਅੱਜ ਵੀ ਭਾਈ ਸਾਹਿਬ ਜੀ ਚੱਲ ਰਹੇ ਹਨ ਕਰ ਵਾਪਸੀ ਦਾ ਸੋ ਆ ਜਾਓ ਅੱਜ 550 ਸਾਲ ਹੈ ਜਿਹੜਾ ਅੰਮ੍ਰਿਤ ਨਹੀਂ ਛਕਿਆ ਨਾ ਸਮਝ ਲੈਣਾ ਘਰ ਤੋਂ ਬਾਹਰ ਹੈ ਜਿਹੜਾ ਅੰਮ੍ਰਿਤ ਛਕ ਲਿਆ ਕਰ ਵਾਪਸੀ ਹੋ ਗਈ ਘਰ ਦੇ ਵਿੱਚ ਆ ਕੇ ਫਿਰ ਉਸ ਦੀਆਂ ਜੋ ਹੁਕਮ ਪੰਜ ਪਿਆਰੇ ਸਾਹਿਬਾਨ ਬਖਸ਼ਿਸ਼ ਕਰਨਗੇ ਉਸ ਅਨੁਸਾਰ ਗੁਰੂ ਦੇ ਸਿੰਘ ਨੂੰ ਚੱਲਣਾ ਪੈਂਦਾ ਹੈ ਸੋ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ ਅੰਮ੍ਰਿਤ ਨੂੰ ਨਿਭਾਵਣਾ ਪਰ ਗੁਰੂ ਦਾ ਸਿੱਖ ਡਰਦਾ ਹੈ ਮੈਂ ਅੰਮ੍ਰਿਤ ਛਕਲਾਵਾਂਗਾ ਨਿਭੇਗੀ ਨਹੀਂ ਦਾਤ ਬੇਅਦਬੀ ਹੋਵੇਗੀ ਨਹੀਂ ਸਾਧ ਸੰਗਤ ਜਿਹੜੇ ਪੰਜ ਪਿਆਰੇ ਸਾਹਿਬਾਨ ਉਪਦੇਸ਼ ਕਰਨਗੇ ਹੁਕਮ ਕਰਨਗੇ ਉਸ ਅਨੁਸਾਰ ਚੱਲ ਜਾਓ ਫਿਰ ਸਮਝ ਲੈਣਾ ਤੁਹਾਡਾ ਅੰਮ੍ਰਿਤ ਛਕਿਆ ਗੁਰੂ ਵਾਲਾ ਬਣਿਆ ਪ੍ਰਵਾਣਿਆ ਜਾਵੇਗਾ ਆਓ ਕੀਰਤਨ ਦੀ ਸਮਾਪਤੀ ਹੈ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ ਗੁਰਮੁਖ ਕਲ ਦੇ ਵਿੱਚ ਕਲਯੁਗ ਦੇ ਵਿੱਚ ਆਇਆ ਪ੍ਰਗਟ ਹੋਇਆ ਕਿਉਂ ਕਲਯੁਗ ਨੂੰ ਤਾਰਨ ਦੇ ਲਈ ਆਓ ਸ਼ਬਦ ਦੀਆਂ ਪੰਕਤੀਆਂ ਗਾਇਨ ਕਰਕੇ ਕੀਰਤਨ ਦੀ ਸਮਾਪਤੀ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਤਰਤ ਆਕਾਸ਼ ਸ਼ਹੂ ਦਿਸ ਜਾਣਾ ਤਰਤ ਆਕਾਸ਼ ਸ਼ਹੂ ਦਿਸ ਜਾਣਾ ਇੱਕ ਬਾਬਾ ਅਕਾਲ ਰੋ ਇੱਕ ਬਾਬਾ ਅਕਾਲ ਰੋ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਇੱਕ ਬਾਬਾ ਅਕਾਲ ਰੋ ਇੱਕ ਬਾਬਾ ਅਕਾਲ ਰੋ ਇੱਕ ਬਾਬਾ ਅਕਾਲ ਰੋ ਬਾਬਾ ਧੰਨ ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਦਾ ਰੂਪ ਹੈ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿੱਚ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਕੋਈ ਭੇਦ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਜੀ ਹੀ ਗੁਰੂ ਨਾਨਕ ਹੈ ਗੁਰੂ ਨਾਨਕ ਹੀ ਅਕਾਲ ਪੁਰਖ ਵਾਹਿਗੁਰੂ ਜੀ ਹੈ ਪਰਮਾਤਮਾ ਹੀ ਗੁਰੂ ਨਾਨਕ ਹੈ ਗੁਰੂ ਨਾਨਕ ਹੀ ਪਰਮਾਤਮਾ ਹੈ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਪਾਗ ਸੋਲਾ ਕਾਸੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਆਪਾਂ ਕਮਾਈਏ ਤਾਂ
ਤਾਂ ਜੋ ਸਾਡਾ ਜੀਵਨ ਸਫਲ ਹੋ ਸਕੇ। ਅੱਜ ਦੇ ਦਿਨ 550 ਸਾਲ ਆਪ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਗੋਦ ਵਿੱਚ ਬੈਠ ਕੇ ਕੀਰਤਨ ਦੇ ਨਾਲ ਜੁੜ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਲੈ ਰਹੇ ਹੋ, ਵੱਡੇ ਭਾਗਾਂ ਵਾਲੇ ਹੋ, ਦੀਵਾਨ ਦੇ ਅੰਦਰ ਹੋਰ ਇਸ ਤੋਂ ਵੀ ਵੱਧ ਵੱਡੇ ਭਾਗਾਂ ਵਾਲੇ ਹੋ। ਭਾਈ ਸਾਹਿਬ ਜੀ ਜਿੱਥੇ ਪੁੱਜ ਚੁੱਕੇ ਹਨ ਉਹਨਾਂ ਪਾਸੋਂ ਆਪਾਂ ਲਾਹ ਲੈਣਾ ਹੈ, ਸੋ ਇੰਨੀ ਸੇਵਾ ਪ੍ਰਵਾਨ ਕਰਨੀ। ਸਤਿਗੁਰ ਜੀ ਰਹਿਮਤਾਂ ਕਰਨ, ਸਾਰਿਆਂ ਨੂੰ ਆਪਣੇ ਚਰਣਾ ਕਮਲਾਂ ਦਾ ਪਿਆਰ ਅਸੀਂ ਸੰਬਖਸ਼ਣ, ਇਹਦੀ ਸੇਵਾ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਸਾਹਿਬਾਂ ਦੇ 550 ਸਾਲ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਪਹਿਲਾਂ ਮੈਂ